ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਸੂਬੇ ਪੰਜਾਬ ਦੇ ਲਈ ਲੈ ਕੇ ਹਾਜ਼ਰ ਹਾਂ ਜੀ ਹੁਣੇ-ਹੁਣੇ ਪੰਜਾਬ ਦੇ ਲਈ ਆਈ ਅੱਤ ਦੀ ਮਾੜੀ ਖਬਰ ਚਿੰਤਾ ਦੇ ਵਿੱਚ ਡੁੱਬੇ ਲੋਕ ਚਿੰਤਾ ਦੇ ਵਿੱਚ ਡੁੱਬੇ ਪੰਜਾਬੀ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਪੰਜਾਬ ਦੇ ਵਿੱਚ ਕਰੋਨਾ ਹੌਲੀ ਰਫ਼ਤਾਰ ਦੇ ਨਾਲ ਰਫ਼ਤਾਰ ਫੜ ਰਿਹਾ ਜੀ ਪਿਛਲੇ 6 ਦਿਨਾਂ ਚ ਤੀਜੀ ਵਾਰ 24 ਘੰਟਿਆਂ ਵਿੱਚ 100 ਤੋਂ ਵੱਧ ਮਰੀਜ਼ ਸਾਹਮਣੇ ਆਏ ਨੇ ਕਰੀਬ 2.5 ਮਹੀਨਿਆਂ ਬਾਅਦ ਸੂਬੇ ਦੀ ਪੋਜ਼ਿਟਿਵਿਟੀ ਡਾਰ 1.7 ਫੀਸਦੀ ਤੋਂ ਵੱਧ ਗਈ ਆ ਮੰਗਲਵਾਰ ਨੂੰ 24 ਘੰਟਿਆਂ ਦੇ ਦੌਰਾਨ 105 ਮਰੀਜ਼ ਮਿਲੇ ਹਨ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਐਕਟਿਵ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 635 ਹੋ ਗਈ ਹੈ ਮੰਗਲਵਾਰ ਨੂੰ ਕਰੋਨਾ ਦੇ 11300 13 ਨਮੂਨੇ ਲੈ ਕੇ 8300 ਟੈਸਟ ਕੀਤੇ ਗਏ ਮੁਹਾਲੀ ਲੁਧਿਆਣਾ ਵਿੱਚ ਕਰੋਨਾ ਦੀ ਸਥਿਤੀ ਵਿਗੜਨ ਲੱਗੀ ਹੈ ਜੀ ਮੰਗਲਵਾਰ ਨੂੰ ਲੁਧਿਆਣਾ ਤੇ ਪੱਛਮੀ ਮੁਹਾਲੀ ਦੇ ਵਿੱਚ 19 ਜਲੰਧਰ ਤੋਂ 14 ਤੇ ਪਟਿਆਲਾ ਵਿੱਚ 10 ਮਰੀਜ਼ ਪਾਏ ਗਏ ਨੇ ਬਾਕੀ ਜ਼ਿਲ੍ਹਿਆਂ ਦੇ ਵਿੱਚ 10 ਮਰੀਜ਼ਾਂ ਤੋਂ ਘੱਟ ਗਿਣਤੀ ਐ ਸੋ ਸਭ ਤੋਂ ਵੱਧ ਛੇ ਮਰੀਜ਼ਾਂ ਦੀ ਮੌਤ ਲੁਧਿਆਣਾ ਵਿੱਚ ਹੀ ਹੋਈ ਆ ਤੇ 11 ਮਰੀਜ਼ਾਂ ਨੂੰ ਲਾਈਫ ਸੇਵਿੰਗ ਸਪੋਰਟ ਤੇ ਰੱਖਿਆ ਗਿਆ ਹੈ ਨੌ ਮਰੀਜ਼ ਆਕਸੀਜਨ ਤੇ ਨੇ ਤੇ ਦੋ ਆਈਸੀਯੂ ਦੇ ਵਿੱਚ ਹਨ ਫਿਲਹਾਲ ਵੈਂਟੀਲੇਟਰ ਤੇ ਕੋਈ ਮਰੀਜ਼ ਕੋਈ ਵੀ ਮਰੀਜ਼ ਨਹੀਂ ਹੈ ਸੋ ਵੱਡੀ ਖਬਰ ਆ ਜੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਕਰੋਨਾ ਨੇ ਆਪਣਾ ਕਹਿਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ